ਇਦਾਂ ਦਾ ਗਾਣਾ ਚੱਲਦਾ ਇਦਾਂ ਦਾ ਗਾਣਾ ਚੱਲਦਾ ਜਦੋਂ ਕੋਈ ਮੈਨੂੰ ਕਹਿ ਦਿੰਦਾ ਹੈ ਨਾ ਕਿ ਨੇ ਯਾਰ ਇਦਾਂ ਦਾ ਗਾਣਾ ਚੱਲਦਾ ਤੇ ਮੈਂ ਕਹਿੰਦਾ ਓਦਾਂ ਦਾ ਵੀ ਚੱਲਦਾ ਠੀਕ ਹੈ ਕਿ ਜਿਹੜਾ ਮੈਂ ਓਦਾਂ ਦਾ ਕਰਦਾ ਹੈ ਨਾ ਉਹ ਇਦਾਂ ਦੇ ਗਾਣੇ ਤੋਂ ਸੁਪਰ ਡੂਪਰ ਹਿੱਟ ਹੋ ਜਾਂਦਾ ਗਾਣਾ ਤੁਸੀਂ ਦੇਖੋ ਅੱਜ ਬਿਲੀਅਨ ਤੋਂ ਉੱਪਰ ਗਾਣਾ ਹੋ ਗਿਆ 1.5 ਬਿਲੀਅਨ ਗਾਣਾ ਮਤਲਬ ਤੁਸੀਂ ਸਮਝ ਲਓ ਬਿਲੀਅਨ ਕਿੰਨੀ ਕੀ ਚੀਜ਼ ਹੁੰਦੀ ਹੈ ਬਿਲੀਅਨ ਕਿਹੜੇ ਕਿਹੜੇ ਬੰਦੇ ਨੇ ਉਹ ਗਾਣਾ ਸੁਣਿਆ ਕਿਸੇ ਰਾਹ ਜਾਂਦੇ ਕਿਸੇ ਰਿਕਸ਼ੇ ਵਾਲੇ ਨੂੰ ਕਿਸੇ ਨੂੰ ਵੀ ਇੱਕ ਲੈ ਮੈਨ ਨੂੰ ਵੀ ਪੁੱਛ ਲੋਗੇ ਉਹਨੂੰ ਕਹੋਗੇ ਜੀ ਗਾਣਾ ਤੋ ਕਹੇਗਾ ਮੈਂ ਗਾਣਾ ਸੁਣਾਇਆ ਸੋਚਿਓ ਇੰਟਰਵਿਊ ਕਿਉਂ ਨਾ ਖਾਸ ਹੋਵੇ ਜਦੋਂ ਕਿ ਪਿਓ ਪੁੱਤ ਇਕੱਠੇ ਹੋਣ ਔਰ ਸਪੈਸ਼ਲੀ ਇੰਟਰਵਿਊ ਲਈ ਕੰਟਰਾਸਟ ਮੈਚ ਕਰਕੇ ਆਏ ਹੁਣ ਬਹੁਤ ਬਹੁਤ ਸੋਹਣਾ ਲੱਗਿਆ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗੁੰਜਾਇਸ ਮਤਲਬ ਸਪੈਸ਼ਲੀ ਆ ਇੰਟਰਵਿਊ ਵਾਸਤੇ ਕੰਟਰਾਸਟ ਮੈਚ ਕੀਤਾ ਹੋਇਆ ਤੁਸੀਂ ਆ ਜਾਂ ਮਤਲਬ ਕੋਇਨਸੀਡੈਂਟ ਹੋ ਚੁੱਕਾ ਹੈ ਇਹ ਤੋ ਰਹੀ ਹੋਇਆ ਹੈ ਇਹ ਰੱਬ ਲਾ ਹੀ ਹੋਇਆ ਤੇ ਅੱਛਾ ਲੱਗ ਰਿਹਾ ਹੈ ਸੋ ਫਸਟ ਆਫ ਆਲ ਮਨੀ ਮਨੀ ਕੰਗ੍ਰੈਚੁਲੇਸ਼ਨਸ ਉਦੀਕਾ ਤੇਰੀਆਂ ਦੇ ਲਈ ਤੁਹਾਡਾ ਗੀਤ ਆ ਬਹੁਤ ਸੋਹਣੀ ਆਵਾਜ਼ थैंक यू so much थैंक यू so much ਅਗੁਰਮੀਤ ਸਰ ਅਸੀਂ ਅਕਸਰ ਸੁਣਦੇ ਆ ਮਤਲਬ ਲੋਕਾਂ ਦੀ ਇਹ ਚੀਜ਼ ਦੀ ਮੈਂਟੈਲਿਟੀ ਹੈ ਕਿ ਅਗਰ ਤਾਂ ਤੁਹਾਡੀ ਫੈਮਿਲੀ ਦੇ ਵਿੱਚੋਂ ਕੋਈ ਸਿੰਗਰ ਹੈਗਾ ਆ ਤੇ ਤੁਸੀਂ ਅਗਰ ਉਹਨਾਂ ਦਾ ਬੱਚਾ ਆ ਕੇ ਸਿੰਗਿੰਗ ਲਾਈਨ ਦੇ ਵਿੱਚ ਜਾ ਰਿਹਾ ਤਾਂ ਉਹਨੂੰ ਕੋਈ ਵੀ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹਨਾ ਕਿਉਂਕਿ ਉਹਨੂੰ ਤੂੰ ਰੋ ਹੀ ਮਤਲਬ ਉਸ ਚੀਜ਼ ਦਾ ਥੋੜਾ ਗਿਆਨ ਵੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਲੋਕਾਂ ਦੀ ਮੈਂਟੈਲਿਟੀ ਹੈ ਸੋ ਮਤਲਬ ਗੁੰਜਾਇਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਲਈ ਵੀ ਇਹ ਰਾਹ ਥੋੜੇ ਸੌਖੇ ਸੀਗੇ ਜਾਂ ਫਿਰ ਮਤਲਬ ਉਹਨਾਂ ਨੂੰ ਵੀ ਔਕੜਾਂ ਦੇ ਨਹੀਂ ਸਾਹਮਣਾ ਕਰਨਾ ਪਿਆ ਜਿੰਨੂੰ ਜਿੰਨਾ ਕਿ ਇੱਕ ਆਮ ਸਿੰਗਰ ਨੂੰ ਉੱਠਣ ਲਈ ਆ ਨੇ ਦੇਖੋ ਜੀ ਜਿਹੜਾ ਮਿਸਤਰੀਆਂ ਦਾ ਮੁੰਡਾ ਹੋਏਗਾ ਘਰੋਂ ਉਹਨਾਂ ਕਿਤੇ ਸਿੱਖ ਜਾਂਦਾ ਹੈ ਨਾ ਲੋਹਾਰ ਦਾ ਮੁੰਡਾ ਹੋਏਗਾ ਘਰੋਂ ਉਹਨਾਂ ਕੇ ਖਾ ਤੁਹਾਡੀ ਮਾਰਨਾ ਤੇ ਜ਼ਰੂਰ ਸਿੱਖ ਜਾਂਦਾ ਕਿਉਂਕਿ ਉਹਨੇ ਘਰਾਂ ਘਰਾਂ ਚੋਂ ਸ਼ੁਰੂ ਤੋਂ ਚੀਜ਼ਾਂ ਵੇਖੀਆਂ ਹੁੰਦੀਆਂ ਸੋ ਜਿਹੜਾ 뮤직 ਵੀ ਹੈ ਉਹ ਅਸੀਂ ਸ਼ੁਰੂ ਤੋਂ ਬਚਪਨ ਤੋਂ ਇਹਨਾਂ ਦੇ ਸਾਹਮਣੇ ਵਜਾ ਰਹੇ ਆ ਇਹਨਾਂ ਦੇ ਸਾਹਮਣੇ ਗਾ ਰਹੇ ਆ ਇਹਨਾਂ ਦੇ ਸਾਹਮਣੇ ਸਿੰਗਰ ਆਉਂਦੇ ਆ ਇਹਨਾਂ ਦੇ ਸਾਹਮਣੇ ਗਾਣੇ ਬਣਦੇ ਆ ਸਟੂਡੀਓ ਵੀ ਆ ਜਾਂਦੇ ਆ ਉੱਥੇ ਵੀ ਵੇਖਦੇ ਆ ਕਿ ਸਟੂਡੀਓ ਕਿਦਾਂ ਚੱਲ ਰਿਹਾ ਹੈ ਇਹਨਾਂ ਨੂੰ ਪਤਾ ਲੱਗਦਾ ਗਾਣਾ ਕਿਦਾਂ ਬਣ ਰਿਹਾ ਕਿਦਾਂ ਵੱਜ ਰਿਹਾ ਗਾਣੇ ਦੇ ਕੀ ਕੀ ਵੇਵ ਲੈਂਥ ਹੈ ਕਿਹੜਾ ਗਾਣਾ ਚੱਲਦਾ ਹੈ ਕਿਹੜਾ ਗਾਣਾ ਨਹੀਂ ਚੱਲਦਾ ਕਿਹੜਾ ਗਾਣਾ ਗਾਣਾ ਚਾਹੀਦਾ ਹੈ ਕਿਹੜਾ ਗਾਣਾ ਨਹੀਂ ਗਾਣਾ ਚਾਹੀਦਾ ਤੇ ਉਹ ਸਾਰੀਆਂ ਗੱਲਾਂ ਜੋ ਇੱਕ ਪਿਓ ਨੇ ਕੀਤੀਆਂ ਹੁੰਦੀਆਂ ਉਹਦੇ ਚੋ ਮਿਨੀਮਮ 90% ਗੁਣ ਤੇ ਪੁੱਤਰ ਚ ਜ਼ਰੂਰ ਆ ਜਾਂਦੇ ਆ ਹੁ ਜਿਹੜਾ ਅਗਲਾ 10% ਰਹਿ ਗਿਆ ਉਹ ਬੜਾ ਔਖਾ ਸਬਜੈਕਟ ਹੈ ਉਹ ਬੜਾ ਔਖਾ ਸਬਜੈਕਟ ਹੈ ਤੇ ਉਹ ਸਬਜੈਕਟ ਨੂੰ ਪਾਰ ਜਿਹੜਾ ਬੰਦਾ ਕਰ ਗਿਆ ਉਹ ਫਿਰ ਅੱਗੇ ਸੁਪਰ ਡੂਪਰ ਹਟ ਹੈ ਲੇਕਿਨ ਉਹ 10% ਪਾਰ ਕਰਨਾ ਇਟਸ ਵੈਰੀ ਡੇਂਜਰਸ ਬਟ ਡੇਂਜਰਸ ਤਾਂ ਕਿਹਾ ਕਿ ਉਹ ਬੜਾ ਖਤਰਨਾਕ ਹੈ ਉਹ ਦਰਿਆ ਬਹੁਤ ਖਤਰਨਾਕ ਹੈ ਸੋ ਉਹਦੇ ਲਈ ਉਹਨਾਂ ਹੋਲੀ ਹੋ ਲਿਆ ਆਪਣੇ ਕਦਮ ਪੁੱਟ ਰਹੇ ਨੇ ਹੋਲੀ-ਹੋਲੀ ਉਹ ਗਾਣੇ ਨੂੰ ਇੱਕ ਅੱਛਾ ਗਾਣਾ ਇਹਨੇ ਪਹਿਲੇ ਵੀ ਦੋ ਤਿੰਨ ਗਾਣੇ ਗਾਏ ਬਹੁਤ ਅੱਛੇ ਹੁਣ ਆ ਜਿਹੜਾ ਫਿਲਮ ਦਾ ਗਾਣਾ ਗਾਇਆ ਜਿਹੜਾ ਤੁਸੀਂ ਸੁਣਿਆ ਤੁਹਾਨੂੰ ਪਸੰਦ ਆਇਆ ਹੋਣਾ ਬਹੁਤ ਸੋ ਲੋਕਾਂ ਨੇ ਬਹੁਤ ਪਸੰਦ ਕਰ ਰਹੇ ਲੋਗ ਉਸ ਗਾਣੇ ਨੂੰ ਤੇ ਹੋਲੀ-ਹੋਲੀ ਮਿਲ ਲੱਗਦਾ ਸ਼ਾਇਦ 10-15 ਦਿਨਾਂ ਚਾ ਗਾਣਾ ਬਹੁਤ ਅੱਛੇ ਲੈਵਲ ਤੇ ਲੋਗ ਹਰ ਇੱਕ ਦੇ ਘਰ ਚਾ ਗਾਣਾ ਹੋਏਗਾ ਮਤਲਬ ਮੈਨੂੰ ਇੰਨੀ ਉਮੀਦ ਹੈ ਕਿ ਇੱਕ ਇੱਕ ਬੰਦੇ ਦੇ ਘਰ ਚਾ ਗਾਣਾ ਹੋਏਗਾ ਕੁਝ ਚਾਹੇ ਸਿੱਕਰ ਤੁਹਾਡੇ ਗੀਤ ਦੀ ਗੱਲ ਕੀਤੀ ਜਾਵੇ ਤਾਂ ਕਈ ਸਾਰੇ ਹੰਡੇ ਹੋਏ ਕਲਾਕਾਰ ਇਸ ਫਿਲਮ ਦੇ ਵਿੱਚ ਅਸੀਂ ਵੇਖ ਰਹੇ ਹਾਂ ਨਾ ਜਦ ਪੱਲਾ ਸਰ ਦੇਖ ਰਹੇ ਹਾਂ ਜਾਂ ਹੋਰ ਮਤਲਬ ਐਡਾ ਵੱਡਾ ਮੌਕਾ ਕਹਿੰਦੇ ਨੇ ਕਿ ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ ਹਨਾ ਸੋ ਯੂ ਆਰ ਵਨ ਆਫ ਥੈਮ ਹਨਾ ਸੋ ਮਤਲਬ ਇਹ ਹੋ ਜਾਇਆ ਐਕਸਪੀਰੀਅੰਸ ਕੀ ਹੋ ਜਾਇਆ ਜਿਸਾ ਇੱਕ ਇੰਨੇ ਜੇ ਹੰਡੇ ਹੋਏ ਕਲਾਕਾਰਾਂ ਦੇ ਨਾਲ ਨਹੀਂ ਬਿਲਕੁਲ ਮੈਂ ਤੇ ਬਹੁਤ ਲੱਕੀ ਲੱਕੀ ਫੀਲ ਕਰਦਾ ਕਿ ਮੈਨੂੰ ਇੰਨਾ ਵੱਡਾ ਗਾਣਾ ਮਿਲਿਆ ਓਨਲੀ ਬਿਕਾਜ਼ ਆਫ ਗੁਰਮੀਤ ਜੀ ਤੇ ਇਹਨੇ ਵਧੀਆ ਕੰਪੋਜੀਸ਼ਨ ਐ ਨਹੀਂ ਵਧੀਆ ਲਿਰਿਕਸ ਵੀ ਹੈਪੀ ਰਾਈ ਕੋਟੀ ਜੀ ਦੀ ਤੇ ਬਹੁਤ ਅੱਛਾ ਗਾਣਾ ਹੈ ਪੂਰਾ ਤਿਆਰ ਹੋਇਆ ਹੈ ਤੇ ਇਹਨੇ ਵੱਡੇ ਐਕਟਰਸ ਉੱਤੇ ਵੀ ਚੈੱਕ ਕਰ ਰਿਹਾ ਹੈ ਤੇ ਥੈਂਕਫੁਲ ਹਾਂ ਤੇ ਬਾਕੀ ਮੈਨੂੰ ਪਤਾ ਨਹੀਂ ਸੀ ਕਿ ਇਹ ਗਾਣਾ ਮੈਂ ਹੀ ਗਾਉਂਗਾ ਐਕਚੁਅਲੀ ਫਾਈਨਲ ਤੱਕ ਮੈਨੂੰ ਪਤਾ ਨਹੀਂ ਸੀ ਤੇ ਬਾਅਦ ਚਾ ਪਾਪਾ ਨੇ ਮੈਨੂੰ ਦੱਸਿਆ ਸੀ ਕਿ ਤੂੰ ਹੀ ਗਾਣਾ ਤੇ ਬਾਅਦ ਚ ਜਦੋਂ ਮੈਨੂੰ ਪਤਾ ਲੱਗਾ ਕਿ ਹਾਂ ਮੈਂ ਹੀ ਵਿੱਚ ਹੈਗਾ ਤੇ ਔਰ obviously ਹੈਪੀ ਤੇ ਬੰਦਾ ਹੁੰਦਾ ਤੇ ਅੱਗੇ ਅਗਲੀ ਵੀ ਤਿਆਰੀ ਹੁੰਦੀ ਕਿ ਅੱਗੇ ਮੈਂ ਕੀ ਕਰਨਾ ਹੈ ਮੈਂ ਜਦੋਂ ਵੀ ਗਾਣਾ ਕਰ ਲੈਣਾ ਮੈਂ ਪਿਛਲਾ ਨਹੀਂ ਵੇਖਦਾ ਕਿ ਚਲੋ ਪਿੱਛੇ ਕੀ ਹੋ ਗਿਆ ਮੈਂ ਅੱਗੇ ਵੇਖਦਾ ਕਿ ਅਗਲਾ ਕਿਹੜਾ ਗਾਣਾ ਕਰਨਾ ਬਸ ਇਦਾਂ ਹੀ ਕਰ ਰਹੇ ਹਾਂ ਜੀ ਅਸਲ ਵਿੱਚ ਤੁਹਾਡੇ ਸਟਾਰਟਿੰਗ ਕੈਰੀਅਰ ਦੀ ਗੱਲ ਕੀਤੀ ਜਾਵੇ ਸੋ ਮਤਲਬ ਇਹ ਚੀਜ਼ ਦੀ ਮੈਂ ਸਿਗਾ ਕਿਤੇ ਦਿਮਾਗ ਦੇ ਵਿੱਚ ਕਿ ਹਾਂ ਮੈਂ ਸਿੰਗਿੰਗ ਲਾਈਨ ਦੇ ਵੱਲ ਹੀ ਜਾਣਾ ਹੈ ਜਾਂ ਫਿਰ ਕਿਤੇ ਨਾ ਕਿਤੇ ਮਤਲਬ ਪਾਪਾ ਦੇ ਕਰਕੇ ਇਹ ਚੀਜ਼ ਮਤਲਬ ਤੁਹਾਡੇ ਵਿੱਚ ਆਈ ਹੈ ਜਾਂ ਫਿਰ ਤੁਹਾਡੀ ਖੁਦ ਦੀ ਮੈਂਟੈਲਿਟੀ ਆਈ ਸੀ ਤੁਹਾਡਾ ਖੁਦ ਦਾ ਸ਼ੌਂਕ ਇਵੇਂ ਸ਼ੌਂਕ ਵੀ ਸੀ ਤੇ ਪੇਰੈਂਟਸ ਆ ਵੀ ਐਦਾਂ ਹੀ ਸੀ ਕਿ ਘਰ ਘਰ ਜਦੋਂ ਮਿਊਜ਼ਿਕ ਆਪਾਂ ਬਚਪਨ ਤੋਂ ਦੇਖ ਰਹੇ ਹਾਂ ਤੇ ਉਹ ਵੀ ਚੀਜ਼ਾਂ ਆਂਦੀਆਂ ਮਾਈਂਡ 'ਚ ਸਬਕੌਂਸ਼ੀਅਸਲੀ ਤੇ ਆਂਦੀ ਹੈ ਪਰ ਉਹ ਵੀ ਆਪਣਾ ਸ਼ੌਂਕ ਵੀ ਸੀ ਤੇ ਰੱਬ ਨੇ ਸਭ ਕੁਝ ਡੈਸਟਿਨ ਕੀਤਾ ਹੀ ਹੁੰਦਾ ਹੈ ਕਿ ਕਿਹੜੇ ਬੰਦੇ ਨੇ ਕਿੱਥੇ ਜਾਣਾ ਤੇ ਮੈਂ ਤੇ ਇੰਜੀਨੀਅਰਿੰਗ ਵੀ ਸੋਚੀ ਸੀ ਉਹ ਵੀ 2 ਮਹੀਨੇ ਛੱਡਤੀ ਫਿਰ ਹੋਰ ਵੀ ਚੀਜ਼ਾਂ ਸੋਚੀਆਂ ਸੀ ਉਹ ਵੀ ਛੱਡਤੀਆਂ ਪਰ ਐਸੀ ਕਿ ਮੈਂ 뮤직 ਚ ਕੁਛ ਨਾ ਕੁਝ ਜੋ ਵੀ ਕਰਾਂ ਛੋਟਾ ਕਰਾਂ ਵੱਡਾ ਕਰਾਂ 뮤직 ਚ ਕਰਨਾ ਹੈ ਮਨੂ ਸ਼ੁਰੂ ਤੋਂ ਐਸੀ ਅਸਰ ਤੁਸੀਂ ਇਨੇ ਗੀਤ ਗਾ ਚੁੱਕੇ ਹੋ ਮਤਲਬ ਹਰ ਇੱਕ ਦੀ ਜ਼ੁਬਾਨ ਤੇ ਹੁਣ ਗੁਰਮੀਤ ਗੁਰਮੀਤ ਹੈ ਔਰ ਹਰ ਇੱਕ ਦੀ ਜ਼ੁਬਾਨ ਤੇ ਤੁਹਾਡੇ ਵੱਲੋਂ ਗਾਏ ਗੀਤ ਨੇ ਮਤਲਬ ਤੁਹਾਨੂੰ ਹੁਣ ਕੋਈ ਪਛਾਣ ਦੇ ਮਹਤਾਜ ਨਹੀਂ ਹੋ ਤੁਸੀਂ ਹੈਨਾ ਸੋ ਹਜੇ ਵੀ ਕੋਈ ਚਾਹ ਹੈਗੀ ਹੈ ਕੋਈ ਗੀਤ ਨੂੰ ਲੈ ਕੇ ਜਿਹੜਾ ਤੁਸੀਂ ਗਾਣਾ ਚਾਹਦੇ ਹੋ ਨਹੀਂ ਬਸ ਹਮੇਸ਼ਾ ਇੱਕੋ ਹੀ ਖੁਆਇਸ਼ ਰਹਿੰਦੀ ਹੈ ਕਿ ਚੰਗੇ ਗੀਤ ਗਾਉਂਦੇ ਰਹਾਵਾਂ ਚੰਗੇ ਗੀਤ ਮਿਊਜ਼ਿਕ ਕਰਦਾ ਰਹਾ ਚੰਗੇ ਗੀਤ ਦੀ ਕੰਪੋਜੀਸ਼ਨ ਕਰਦਾ ਰਹਾ ਚੰਗੇ ਗੀਤ ਹੀ ਮਿਲਣ ਤੇ ਮੈਨੂੰ ਲੱਗਦਾ ਕਿ ਤੇ ਉਮਰ ਤੱਕ ਅਜੇ ਜਿੰਨਾ ਹੋਰ ਕੰਮ ਕਰਨਾ ਉਹਦੇ ਵਿੱਚ ਕੋਈ ਇਦਾਂ ਦਾ ਕੰਮ ਨਾ ਹੋਏ ਕਿ ਮੇਰੇ ਕੋਲ ਕੋਈ ਇਦਾਂ ਦਾ ਗਾਣਾ ਨਾ ਕਿੰਨਾ ਕਦੀ ਮਿਊਜ਼ਿਕ ਕੀਤਾ ਜਾਏ ਨਾ ਕਦੀ ਗਾਇਆ ਜਾਏ ਜਿਹਦੇ ਵਿੱਚ ਕੋਈ ਵੀ ਇਦਾਂ ਦਾ ਅਪਸ਼ਬਦ ਕਿਸੇ ਕੁੜੀ ਬਾਰੇ ਕਿਸੇ ਬੰਦੇ ਬਾਰੇ ਜਾਂ ਕਿਸੇ ਸਮਾਜ ਬਾਰੇ ਜਾਂ ਕਿਸੇ ਉਹਦੇ ਬਾਰੇ ਜਾਂ ਕੋਈ ਕੁਰੀਤੀ ਜਿਹੜੀ ਹੈ ਮੇਰੇ ਗਾਣੇ ਚ ਨਾ ਆਏ ਮੈਂ ਆਪਣੀ ਕੋਸ਼ਿਸ਼ ਕਰਦਾ ਰਹਿੰਦਾ ਤੇ ਅਜੇ ਤੱਕ ਕਿਉਂਕਿ ਲੋਕਾਂ ਦੇ ਬੜੇ ਬਹਾਨੇ ਆ ਉਹ ਬਹਾਨਿਆਂ ਨੂੰ ਮੈਂ ਬਹੁਤ ਟਾਈਮ ਤੋਂ ਦੂਰ ਕੀਤਾ ਕਿ ਨਹੀਂ ਜੀ ਇਦਾਂ ਦਾ ਗਾਣਾ ਚੱਲਦਾ ਇਦਾਂ ਦਾ ਗਾਣਾ ਚੱਲਦਾ ਜਦੋਂ ਕੋਈ ਮੈਨੂੰ ਕਹਿ ਦਿੰਦਾ ਨਾ ਕਿ ਨਹੀਂ ਯਾਰ ਇਦਾਂ ਦਾ ਗਾਣਾ ਚੱਲਦਾ ਤੇ ਮੈਂ ਕਹਿੰਦਾ ਉਦਾਂ ਦਾ ਵੀ ਚੱਲਦਾ ਠੀਕ ਹੈ ਤੇ ਜਿਹੜਾ ਮੈਂ ਉਦਾਂ ਦਾ ਕਰਦਾ ਹੈ ਨਾ ਉਹ ਇਦਾਂ ਦੇ ਗਾਣੇ ਤੋਂ ਸੁਪਰ ਡੂਪਰ ਹਿੱਟ ਹੋ ਜਾਂਦਾ ਸਮਝ ਗਏ ਜੋ ਲੋਕ ਕਹਿੰਦੇ ਜੀ ਇਦਾਂ ਦਾ ਗਾਣਾ ਚੱਲਦਾ ਤੇ ਫਿਰ ਉਹ ਮੈਨੂੰ ਮੇਰੇ ਮਾਈਂਡ ਚੋ ਗੱਲ ਰਹਿ ਜਾਂਦੀ ਹੈ ਕਿ ਇਹਨੇ ਕਿਦਾਂ ਕਹਿਤਾ ਕਿ ਆ ਆ ਗੰਦ ਵਾਲਾ ਹੀ ਚੱਲੇਗਾ ਠੀਕ ਹੈ ਲੋਕੀ ਇਹਨੂੰ ਹੀ ਪਸੰਦ ਕਰਨਗੇ ਥੋੜੇ ਟਾਈਮ ਲਈ ਹੈ ਲੇਕਿਨ ਜਿਹੜੇ ਵੱਡੇ ਟਾਈਮ ਲਈ ਗਾਣੇ ਨੇ ਜਿਹੜੇ ਲੋਕੀ ਕਦੀ ਵੀ ਭੁੱਲ ਨਹੀਂ ਸਕਦੇ ਔਰ ਗਾਣੇ ਉਹ ਨੇ ਜਿਹੜੇ ਗਾਣੇ ਚੱਲਦੇ ਚੱਲਦੇ ਫੋਕ ਸੌਂਗ ਬਣ ਜਾਂਦੇ ਔਰ ਉਹਦੀ ਮਿਸਾਲ ਹੈ ਅੱਜ ਦੀ ਡੇਟ ਚ ਲੌਂਗ ਲਾਚੀ ਉਹ ਗਾਣਾ ਤੁਸੀਂ ਦੇਖੋ ਅੱਜ ਬਿਲੀਅਨ ਤੋਂ ਉੱਪਰ ਗਾਣਾ ਹੋ ਗਿਆ 1.5 ਬਿਲੀਅਨ ਗਾਣਾ ਮਤਲਬ ਤੁਸੀਂ ਸਮਝ ਲਓ ਬਿਲੀਅਨ ਕਿੰਨੀ ਕੀ ਚੀਜ਼ ਹੁੰਦੀ ਹੈ ਬਿਲੀਅਨ ਕਿ ਕਿਹੜੇ-ਕਿਹੜੇ ਬੰਦੇ ਨੇ ਉਹ ਗਾਣਾ ਸੁਣ ਲਿਆ ਤੇ ਤੁਸੀਂ ਰਾਹ ਜਾਂਦੇ ਕਿਸੇ ਰਿਕਸ਼ੇ ਵਾਲੇ ਨੂੰ ਕਿਸੇ ਨੂੰ ਵੀ ਇੱਕ ਲੈਮਨ ਨੂੰ ਵੀ ਪੁੱਛ ਲੋਗੇ ਉਹਨੂੰ ਕਹੋਗੇ ਜੀ ਗਾਣਾ ਤੋ ਕਹੇਗਾ ਮੈਂ ਗਾਣਾ ਸੁਣਿਆ ਸੋ ਸਰ ਇਹ ਕੀ ਹੋਇਆ ਜੀ ਐਕਸਪੀਰੀਅੰਸ ਹੁੰਦਾ ਕਿਉਂਕਿ ਜਦੋਂ ਤੁਸੀਂ ਗਾਣਾ ਗਾਉਂਦੇ ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਗਾਣੇ ਦੀ ਪਹੁੰਚ ਕਿੱਥੇ ਤੱਕ ਹੋਏਗੀ ਹਨਾ ਸੋ ਉਸ ਟਾਈਮ ਇੱਕ ਹੋਜੀ ਫੀਲਿੰਗ ਹੁੰਦੀ ਹੈ ਜਦੋਂ ਰੀਲਸ ਤੇ ਟ੍ਰੈਂਡਿੰਗ ਹੋਵੇ ਕਿਉਂਕਿ ਅੱਜ ਕੱਲ ਤਾਂ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਰੀਲਸ ਤੇ ਟ੍ਰੈਂਡਿੰਗ ਹੋਵੇ ਹਰ ਇੱਕ ਦੀ ਜ਼ੁਬਾਨ ਤੇ ਹੋਵੇ ਉਹ ਗੀਤ ਇਸ ਗਾਣੇ 'ਨ ਤੁਸੀਂ ਕੀ ਕਹਿੰਦੇ ਹੋ ਅੱਕਦੀਆਂ ਨਹੀਂ ਥੱਕਦੀਆਂ ਨਹੀਂ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਿ ਤੁਹਾਡੀ ਏਜ ਦੇ ਮੁਤਾਬਿਕ ਤੁਸੀਂ ਆਪਣੇ ਉਹਦੇ ਮੁਤਾਬਿਕ ਤੁਸੀਂ ਦੱਸੋ ਕਿ ਤੁਹਾਨੂੰ ਆ ਗਾਣਾ ਕਿਦਾਂ ਦਾ ਲੱਗਦਾ ਮੈਂ ਤੁਹਾਡੀ ਇੰਟਰਵਿਊ ਲੈ ਰਿਹਾ ਤੁਹਾਨੂੰ ਕਿਦਾਂ ਲੱਗਦਾ ਗਾਣਾ ਸਰ ਇਹ ਇਹੋ ਜਿਹੇ ਗੀਤ ਨੇ ਜੋ ਅੱਜ ਵੀ ਅਸੀਂ ਮਤਲਬ ਜਦੋਂ ਇਕੱਲੇ ਬੈ ਕੇ ਵੀ ਸੁਣਦੇ ਆ ਜਾਂ ਮਹਿਫਲ ਦੇ ਵਿੱਚ ਬੈ ਕੇ ਵੀ ਸੁਣਦੇ ਆ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਯੰਗਸਟਰਸ ਦਾ ਹੈਗਾ ਜਾਂ ਪੁਰਾਣੇ ਜ਼ਮਾਨੇ ਦਾ ਹੈਗਾ ਮਤਲਬ 올 ਰੌਂਡਰ ਗੀਤ ਨੇ ਔਰ ਅੱਜ ਵੀ ਅਸੀਂ ਲੋਕ ਇਹ ਗਾਣੇ ਬੜੇ ਖੁਸ਼ ਹੋ ਕੇ ਸੁਣਦੇ ਹਾਂ ਨਾ ਔਰ ਕਿਤੇ ਨਾ ਕਿਤੇ ਪੁਰਾਣੀ ਹਿਸਟਰੀ ਵਿੱਚ ਉਸੇ ਸਰਚ ਕਰਕੇ ਅਸੀਂ ਉਹਨੂੰ ਇਹ ਵੀ ਪੁੱਛਦੇ ਹਾਂ ਕਿ ਉਹ ਕਿਹੜਾ ਗੀਤ ਸੀਗਾ ਗ ਹੁੰਦੇ ਹੋਣੇ ਆ ਜਿੱਤੇ ਹੱਲੇ ਵੀ ਅਸੀਂ ਐਕਟ ਕਰਦੇ ਆ ਰਾਈਟ ਰਾਈਟ ਸੋ ਉਹੀ ਹੈ ਕਿ ਜਿਹੜੇ ਚੰਗੇ ਗਾਣੇ ਨੇ ਜਿੱਦਾਂ ਉਹਨਾਂ ਤੁਸੀਂ ਦੇ ਕੋ ਜਰਾ ਪਹਿਲੇ ਆ ਗਾਣਾ ਸੁਣੋ ਪਹਿਲੇ ਗਾਣਾ ਸੁਣਾਦਾ ਤੁਹਾਨੂੰ ਇਸ ਫਿਲਮ ਦਾ ਫਿਰ ਅੱਗੇ ਗੱਲਬਾਤ ਕਰਦੇ ਆ ਬਿਲਕੁਲ ਬੰਦਾ ਸੋ ਮੈਂ ਚਾਹਾਂਗੀ ਕਿ ਤੁਸੀਂ ਇਸ ਫਿਲਮ ਦਾ ਜਿਹੜਾ ਗੀਤ ਕੋ ਅਕਦੀਆਂ ਨਹੀਂ ਵੇ ਕਦੇ ਥਕਦੀਆਂ ਨਹੀਂ ਵੇ ਹੋਰ ਕੋਈ ਰਾ ਵੀ ਚਨਾ ਡੱਕਦੀਆਂ ਨਹੀਂ ਵੇ ਹਾਂ ਸਾਡੇ ਉੱਤੇ ਕੈਸੇ ਵੇ ਤੂੰ ਪਾਏ ਜਾਲ ਨੇ ਉਹ ਤੈਨੂੰ ਅੱਖੀਆਂ ਉਡੀਕਦੀਆਂ ਹਾਏ ਦਿਲ ਦੇ ਬਨੇਰੇ ਉੱਤੇ ਦੀਵੇ ਬਾਲ ਕੇ ਵੇ ਤੈਨੂੰ ਅੱਖੀਆਂ ਉਡੀਕਦੀਆਂ ਸੋ ਮੈਂ ਆ ਗੱਲ ਕਰਨ ਲੱਗਾ ਸੀ ਹੁਣ ਆ ਜਿਹੜੇ ਗਾਣੇ ਨੇ ਮੈਲੋਡਿਅਸ ਠੀਕ ਹੈ ਆ ਬਹੁਤ ਟਾਈਮ ਤੱਕ ਲੋਕਾਂ ਦੇ ਦਿਲਾਂ ਤੇ ਰਹਿਣਗੇ ਇਹ ਕਿ ਇਹਦੀ ਮੈਲੋਡੀ ਬਹੁਤ ਅੱਛੀ ਹੈ ਕੋਈ ਵੀ ਬੰਦਾ ਜਿਹੜਾ ਮੈਂ ਕਹਿੰਦੇ ਪੱਥਰ ਦਿਲ ਦਾ ਵੀ ਬੰਦਾ ਹੋਏਗਾ ਨਾ ਥੋੜੀ ਦੇਰ ਲਈ ਰੁਕ ਜਾਊਗਾ ਉਹ ਕਹੇਗਾ ਗਾਣਾ ਯਾਰ ਬੜਾ ਅੱਛਾ ਲੱਗ ਰਿਹਾ ਸੁਣ ਕੇ ਜਾਈਏ ਕੰਨਾਂ ਨੂੰ ਚੰਗਾ ਲੱਗ ਰਿਹਾ ਆਤਮਾ ਨੂੰ ਸ਼ਾਂਤੀ ਦੇ ਰਿਹਾ ਸਕੂਨ ਮਿਲ ਰਿਹਾ ਹੈ ਗਾਣੇ ਸੁਣ ਕੇ ਚੈਨ ਆਂਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਤੇ 뮤직 ਹੈ ਕੀ ਚੀਜ਼ 뮤직 ਚੀਜ਼ ਆਈ ਹੈ ਅਸੀਂ ਲੋਕਾਂ ਨੇ 뮤직 ਨੂੰ ठीक है एक तरीके ਦਾ ਉਦਾਂ ਬਣਾਤਾ ਕਿ ਦੇਖੋ 뮤직 ਦੇ ਅਲੱਗ-ਅਲੱਗ ਫਾਰਮਸ ਵੀ ਨੇ 뮤직 ਮਾਰਸ਼ਲ ਲਈ ਵੀ ਯੂਜ਼ ਕੀਤਾ ਜਾਂਦਾ ਹੈ 뮤직 ਭਗਤੀ ਲਈ ਵੀ ਯੂਜ਼ ਕੀਤਾ ਜਾਂਦਾ ਹੈ 뮤직 ਤੁਸੀਂ ਕੁੜੀ ਦੀ ਅਛਾਈ ਲਈ ਮੁੰਡੇ ਦੀ ਅਛਾਈ ਲਈ ਉਹਦੀ ਸੁੰਦਰਤਾ ਲਈ ਧਾਰਮਿਕ 뮤직 ਮਤਲਬ ਕਿੰਨੇ ਕਿਸਮ ਦੇ 뮤직 ਨੇ ਤੇ 뮤직 ਤੁਸੀਂ ਕਿਸੇ ਲਈ ਕਿਸੇ ਨੂੰ ਡਰਾਉਣ ਲਈ ਵੀ ਇਸਤੇਮਾਲ ਕਰਦੇ ਹੋ ਲੇਕਿਨ ਹੁਣ 뮤직 ਚ ਆ ਨਹੀਂ ਤੁਸੀਂ ਕਰ ਸਕਦੇ ਤੁਸੀਂ ਸਾਹਮਣੇ ਬੈਠ ਕੇ ਬੰਦਾ ਮਾਰਦੇ ਹੋਗੇ ਹੈਨਾ ਤੇ ਬੰਦਾ ਮਾਰ ਕੇ ਤੁਸੀਂ ਕਹੋ ਜੀ ਮੈਂ ਬੰਦਾ ਮਾਰਤਾ ਤੁਹਾਡੇ ਅਸੀ ਤੈਸੀ ਕਰ ਲੋ ਜੋ ਕੁਝ ਕਰਨਾ ਤਾਂ ਕੋ ਗਾਣੇ ਨਹੀਂ ਆ ਕੋ ਗਾਣੇ ਨਹੀਂ ਅਗਰ ਇੱਦਾਂ ਦੇ ਗਾਣੇ ਗਾਣੇ ਆ ਤੇ ਫਿਰ ਸਮਝ ਲਓ ਉਹ ਮਿਊਜ਼ਿਕਲੀ ਮਾਈਂਡ ਬੰਦਾ ਨਹੀਂ ਹੋ ਸਕਦਾ ਠੀਕ ਹੈ ਨਾ ਉਹ ਠੀਕ ਹੈ ਕੁਝ ਟਾਈਮ ਲਈ ਉਹ ਗਾਣੇ ਗਾਏਗਾ ਤੇ ਲੇਕਿਨ ਉਹ ਤੁਹਾਨੂੰ ਪਤਾ ਕਿ ਤੁਸੀਂ ਵੀ ਇੱਦਾਂ ਦੇ ਗਾਣੇ ਨਹੀਂ ਸੁਣ ਸਕਦੇ ਜਿਆਦਾ ਕਿੱਥੇ ਸੁਣ ਲੋਗੇ ਜਿਆਦਾ ਉਦੋਂ ਹੀ ਸੁਣ ਸਕਦੇ ਹੋ ਜਦੋਂ ਤੁਹਾਨੂੰ ਪਤਾ ਕਿ ਆ ਯਾਰ ਠੀਕ ਹੈ ਗਾਣਾ ਕਿਤੇ ਕੋਈ ਮਹਿਫਿਲ ਲੱਗੀ ਹੈ ਕਿਤੇ ਕੋਈ ਡੀਜੇ ਹੈ ਉਦੋਂ ਇੱਕ ਮਾਹੌਲ ਬਣਿਆ ਬੰਦਾ ਉਦੋਂ ਸੁਣ ਲੈਂਦਾ ਲੇਕਿਨ ਰੁਟੀਨ 'ਚ ਤੁਸੀਂ ਇਦਾਂ ਦੇ ਗਾਣੇ ਨਹੀਂ ਸੁਣ ਸਕਦੇ ਅਕਸਰ ਤੁਸੀਂ ਪੰਜਾਬੀਅਤ ਦੀ ਗੱਲ ਕਰਦੇ ਹੋ ਜਿਵੇਂ ਤੁਹਾਡੇ ਗੀਤਾਂ ਦੇ ਵਿੱਚ ਵੀ ਮਟਰ ਟੋਟਲੀ ਉਹ ਟੱਚ ਹੁੰਦਾ ਹੈ ਪੰਜਾਬੀਅਤ ਦਾ ਟੱਚ ਹੁੰਦਾ ਹੈ ਪਰ ਅੱਜ ਕੱਲ ਦੀ ਜੇਕਰ ਅਸੀਂ ਗੱਲ ਕੀਤੀ ਜਾਵੇ ਜਿਵੇਂ ਕੋਈ ਅਸੀਂ ਕੁਝ ਅਪਲੋਡ ਕਰ ਰਿਹਾ ਸੋਸ਼ਲ ਮੀਡੀਆ ਤੇ ਕਿਤੇ ਵੀ ਜੇਕਰ ਅਸੀਂ ਪੰਜਾਬੀ ਗਲਤ ਲਿਖਦੇ ਹਾਂ ਤਾਂ ਸਾਨੂੰ ਕੋਈ ਨਹੀਂ ਟੋਕਦਾ ਪਰ ਜੇਕਰ ਅਸੀਂ ਅੰਗਰੇਜ਼ੀ ਵਿੱਚ ਕਿਤੇ ਨਾ ਕਿਤੇ ਪੰਜਾਬੀ ਮਿਕਸ ਕਰ ਦਈਏ ਕੁਝ ਵੀ ਤਾਂ ਥੱਲੇ ਕਮੈਂਟਾਂ ਦੀ ਝੜੀ ਲੱਗੀ ਹੁੰਦੀ ਹੈ ਔਰ ਜੇਕਰ ਉਹੀ ਚੀਜ਼ ਅਸੀਂ ਪੰਜਾਬੀ ਦੇ ਵਿੱਚ ਕਿਤੇ ਇੰਗਲਿਸ਼ ਲਿਖੀ ਹੋਵੇ ਜਾਂ ਕੋਈ ਹੋਰ ਅੱਖਰਾਂ ਦੀ ਵਰਤੋਂ ਕੀਤੀ ਹੋਵੇ ਤਾਂ ਸਾਨੂੰ ਕੋਈ ਨਹੀਂ ਉਸ ਚੀਜ਼ ਵਾਸਤੇ ਟੋਕਦਾ ਹੁਣ 트ੈਂਡ ਚਲਾ ਲਿਆ ਲੋਕਾਂ ਨੇ ਹੈਨਾ ਪੰਜਾਬੀ ਨੂੰ ਇੰਗਲਿਸ਼ ਚ ਲਿਖੀ ਜਾਂਦੇ ਹੈ ਹੈਨਾ ਗਾਣਾ ਮੈਂ ਦੇਖਦਾ ਯੰਗਸਟਰ ਜਿੰਨੇ ਵੀ ਡੱਬ ਕਰਦੇ ਆ ਤੇ ਉਹਨਾਂ ਨੂੰ ਤੁਸੀਂ ਹਿੰਦੀ ਚ ਲਿਖ ਕੇ ਦਿਓ ਜਾਂ ਪੰਜਾਬੀ ਚ ਲਿਖ ਕੇ ਦਿਓ ਉਹ ਆਪਣਾ ਸਾਰਾ ਇੰਗਲਿਸ਼ ਚ ਲਿਖ ਲੈਣਗੇ ਉਹ ਸਾਰਾ ਇੰਗਲਿਸ਼ ਚ ਲਿਖ ਲੈਣਗੇ ਤੇ ਕਈ ਵਾਰੀ ਸਾਨੂੰ ਦੇਖੋ ਗਾਣੇ ਦਾ ਇੱਕ ਫੀਲ ਚਲੋ ਉਹਨਾਂ ਨੇ ਹਰ ਇੱਕ ਨੇ ਆਪਣਾ ਗੱਲ ਤੇ ਆ ਹੈ ਕਿ ਕਿਹੜੀ ਲੈਂਗੁਏਜ ਕਿਹੜੀ ਭਾਸ਼ਾ ਤੁਹਾਨੂੰ ਆਪਣੇ ਚੀਜ਼ ਨੂੰ ਕਵਰ ਕਰਨ ਲਈ ਚੰਗੀ ਲੱਗਦੀ ਹੈ ਹੁਣ ਮੈਂ ਅਗਰ ਗਾਣਾ ਗਾਣਾ ਹੈ ਤੇ ਮੈਂ ਉਹਨੂੰ ਹਿੰਦੀ ਚ ਲਿਖ ਕੇ ਗਾਵਾਂਗਾ ਤੇ ਮੈਨੂੰ ਪਤਾ ਲੱਗਦਾ ਕਿ ਮੈਨੂੰ ਆ ਵਰਡ ਚੰਗਾ ਲੱਗ ਰਿਹਾ ਮੈਂ ਉਸ ਵਰਡ ਦੇ ਨਾਲ ਨਾ ਹਿੰਦੀ ਚ ਗਾ ਕੇ ਜਾਂ ਪੰਜਾਬੀ ਚ ਗਾ ਕੇ ਮੈਂ ਸਹੀ ਗਾ ਸਕਦਾ ਇਹਨਾਂ ਨੂੰ ਲੱਗਦਾ ਯੰਗਸਟਰ ਨੂੰ ਕਿ ਮੈਂ ਇੰਗਲਿਸ਼ ਚ ਲਿਖਿਆ ਠੀਕ ਹੈ ਤੂੰ ਕਿੱਥੇ ਐ ਤੇ ਇਹਨਾਂ ਲਿਖਣਾ T U K I T H E A Y E ਹੈਂ ਕਿੱਥੇ ਹੈ ਤੇ ਮੈਂ ਲਿਖੂਗਾ ਤੂੰ ਕਿੱਥੇ ਹੈ ਤੇ ਮੈਨੂੰ ਉਹਦੇ ਚ ਕੰਫਰਟੇਬਲ ਹੈ ਠੀਕ ਹੈ ਤੇ ਐਸ ਕਰਕੇ ਜਿਹਦੇ ਚ ਜੋ ਕੰਫਰਟੇਬਿਲਟੀ ਹੈਗੀ ਲੋਕਾਂ ਨੂੰ ਉਹਦੇ ਚ ਆਪਣਾ ਕੰਮ ਕਰਦੇ ਆ ਲੇਕਿਨ ਰੀਜ਼ਨ ਬਸ ਹੋਈ ਹੈ ਕਿ ਆਪਣੀ ਲੈਂਗੁਏਜ ਇਸਤੇਮਾਲ ਕਰਕੇ ਕਰੋਗੇ ਤੇ ਸ਼ਾਇਦ ਜਿਹੜੀ ਚੀਜ਼ ਗਾ ਰਹੇ ਹੋ ਕੋਈ ਗਾਣਾ ਤੁਸੀਂ ਪੰਜਾਬੀ ਦਾ ਗਾ ਰਹੇ ਹੋ ਸਾਹਮਣੇ ਪੜ੍ਹ ਇੰਗਲਿਸ਼ ਰਹੇ ਹੋ ਤੇ ਉਹ ਜਿਹੜੀ ਫੀਲ ਜਿਹੜੀ ਹੈ ਨਾ ਉਹ ਥੋੜੀ ਕਿਤੇ ਨ ਕਿਤੇ ਮਿਸ ਹੁੰਦੀ ਹੈ ਸੋਚਦੇ ਜਾਂਦੇ ਜਾਂਦੇ ਮੈਂ ਕੀ ਤੁਹਾਡੇ ਦੋਵਾਂ ਤੋਂ ਇੱਕ ਗੀਤ ਇਕੱਠਿਆਂ ਤੋਂ ਸੁਣ ਸਕਦੀ ਆ ਸੋ ਰੌਗਲਾ ਚੀਸ ਨੰਦੇ ਤਾ ਯਾ ਉਹ ਸੁਣਾ ਦੇ ਬੁਲਾਤੇ ਨਾ ਉਹਦਾਏ ਦਿਲ ਵਿੱਚ ਥਾ ਉਹਦਾਏ ਬੁਲਾਤੇ ਨਾ ਉਹਦਾਏ ਦਿਲ ਵਿੱਚ ਥਾ ਉਹਦਾਏ ਦੂਰ ਕਰਾਓਦਾਏ ਹ ਸਭ ਕੁਝ ਹ ਉਹਦਾਏ ਮਹੀਦ ਮਹੀਦ ਸੋਣੇ ਦਾ ਸੋਣੇ ਦਾ ਮਹੀਦ ਮਹੀਦ ਸੋਣੇ ਦਾ ਮਹੀ ਮਹੀਦ ਮਹੀਦ ਵੇਤ ਲੋਗ ਵੇ ਮੈਲਾਚੀ ਤੇਰੇ ਪਿੱਛੇ ਅਗਵਾਚੀ ਵੇਤ ਲੋਗ ਵੇ ਮੈਲਾਚੀ ਤੇਰੇ ਪਿੱਛੇ ਅਗਵਾਚੀ ਉਹ ਤੇਰੇ ਇਸ਼ਕ ਨੇ ਮਾਰੀ ਕੁੜੀ ਕੱਚ ਦੀ ਕੁਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਉਹ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਤਪਕੇ ਲੋਰ ਸ਼ਹਿਰ ਦੀਆਂ ਕੁੜੀਆਂ ਚੱਲੀ ਸੀ ਮੈਂ ਕਲੀਆਂ ਕਿਆ ਤੇ ਮੈਂ ਖੋ ਗਈ ਖੁਲ ਜਾ ਖੁਲ ਜਾ ਸਿੰਮ ਸਿੰਮ ਹੋ ਗਈ ਐ ਕੋਈ ਜਾਦੂ ਜਾ ਟੋਣਾ ਜਾ ਕੋਈ ਢੋਂਗ ਮੁੰਡੇ ਤੇਰੀ ਲਾਚੀ ਨੂੰ ਲੱਭ ਗਿਆ ਲੋਂਗ ਮੁੰਡੇ ਹਾਂ ਤੇਰੀ ਲਾਚੀ ਨੂੰ ਲੱਭ ਗਿਆ ਲੋਂਗ ਮੁੰਡੇ ਅੱਖੀਆਂ ਉਡੀਕਦੀਆਂ ਉਡੀਕਾਂ ਤੇਰੀਆਂ 14 ਤਰੀਕ ਨੂੰ ਪਹੁੰਚ ਜਾ ਬਸ ਉਡੀਕਾਂ ਤੇਰੀਆਂ ਹੁਮ ਹਮਾ ਕੇ ਬਿਲਕੁਲ ਸੋ ਥੈਂਕ ਯੂ ਸੋ ਮੱਚ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਸਪੈਸ਼ਲੀ ਮੈਨੂੰ ਲੱਗਦਾ ਅੱਜ ਦੀ ਇੰਟਰਵਿਊ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਪਿਓ ਪੁੱਤ ਇਕੱਠੇ ਗੀਤਕਾਰ ਵੀ ਬਣੇ ਹੋਏ ਨੇ ਗਾਇਕ ਵੀ ਬਣੇ ਹੋਏ ਨੇ ਤੇ ਇਸ ਦੇ ਨਾਲ ਹੀ ਕੰਟਰਾਸਟ ਮੈਨੂੰ ਬਹੁਤ ਤੁਹਾਡਾ ਸੋਹਣਾ ਲੱਗਾ ਮੈਂ ਬਾਰ-ਬਾਰ ਜਾਂਦੇ ਟਾਈਮ ਵੀ ਇਹ ਕੰਮ ਕਰਾਂਗੀ ਜ਼ਰੂਰ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ